ਨਵੇਂ ਮੋਟਰ ਵਹੀਕਲਸ ਐਕਟ 2019 ਦੇ ਲਾਗੂ ਹੋਣ ਮਗਰੋਂ ਜ਼ਾਕਿਰ ਮੈਮਨ ਇੱਕ ਅਜੀਬ ਸਮੱਸਿਆ ਦਾ ਸਾਹਮਣਾ ਕਰ ਰਹੇ ਨੇ। ਉਹ ਜੁਰਮਾਨੇ ਤੋਂ ਬਚਣ ਲਈ ਹੈਲਮੇਟ ਪਾਉਣਾ ਚਾਹੁੰਦੇ ਨੇ, ਪਰ ਇੱਕ ਸਮੱਸਿਆ ਹੈ। ਮੇਰੀ ਸਾਈਜ਼ ਕਾ ਹੈਲਮੇਟ ਮਿਲ ਨਹੀਂ ਰਹਾ ਤੋ ਮੈਂ ਖਰੀਦੂੰਗਾ ਕਹਾਂ ਸੇ? ਔਰ ਯੇ ਹਰ ਰੋਜ਼ ਜੋ ਮਹਿਮਾ ਦੇਣੇ ਕੀ ਬਾਤ ਹੈ ਤੋ ਵੋ ਅਮਾਊਂਟ ਜ਼ਿਆਦਾ ਹੈ ਤੋ ਉਸੇ ਕੈਸੇ ਪਲੇ ਕਰ ਪਾਊਂਗਾ ਮੈਂ? ਤੋ ਮੇਰੀ ਗੁਜ਼ਾਰਿਸ਼ ਹੈ, ਰਿਕੁਐਸਟ ਹੈ ਕਿ ਆਪ ਹੀ ਮੇਰੇ ਬੰਦੋਬਸਤ ਕਰਕੇ ਦੀਜੀਏ। ਗੁਜਰਾਤ ਵਿੱਚ ਰਹਿਣ ਵਾਲੇ ਜ਼ਾਕਿਰ ਨੂੰ ਵਪਾਰ ਕਰਨ ਲਈ ਰੋਜ਼ਾਨਾ 30-40 ਕਿਲੋਮੀਟਰ ਬਾਈਕ ਚਲਾਉਣੀ ਹੁੰਦੀ ਹੈ। ਉਹਨਾਂ ਦੇ ਸਿਰ ਦਾ ਸਾਈਜ਼ ਬਾਜ਼ਾਰ ਵਿੱਚ ਮੌਜੂਦ ਹੈਲਮੇਟਸ ਤੋਂ ਵੱਡਾ ਹੈ। ਗਿਆ ਤਾਂ ਮੈਂ ਬਰੋੜਾ, ਜੋ ਇਹ ਸੁਣਾ ਤਾਂ ਮੈਨੇ ਹੈਲਮੇਟ ਕਾ ਤੋ ਗਿਆ ਥਾ ਤੋ ਉਸਨੇ ਦੋ ਚਾਰ ਕੰਪਨੀ ਕੇ ਅਲੱਗ ਅਲੱਗ ਫੁੱਲ ਸਾਈਜ਼ ਕੇ ਹੈਲਮੇਟ ਬਤਾਏ ਔਰ ਮੁਝੇ ਕੰਫਰਟੇਬਲ ਆਇਆ ਨਹੀਂ। ਤੋ ਉਹਨਾਂ ਨੇ ਮੇਰਾ ਨੰਬਰ ਲਿਆ ਹੈ, ਉਹਨਾਂ ਨੇ ਬਤਾਇਆ ਅਗਰ ਕੰਪਨੀ ਮੇਂ ਬਾਤ ਕਰੀ ਹਮਨੇ ਤੋ ਮਿਲ ਜਾਏਗਾ, ਆਪਕੋ ਕਾਲ ਕਰੇਂਗੇ ਔਰ ਬੁਲਾਏਂਗੇ। ਬੋਲਾ ਕਾਲ ਕਰੂੰਗਾ, ਔਰ ਕੁਛ ਬਤਾਇਆ ਨਹੀਂ ਉਹਨਾਂ ਨੇ। ਦੋ ਚਾਰ ਦੁਕਾਨ ਮੈਂ ਘੁੰਮਾ ਮਗਰ ਮਿਲਾ ਨਹੀਂ ਹੈ, ਔਰ ਇੱਕ ਦੋ ਲੋਕ ਨੇ ਨੰਬਰ ਲਿਆ ਮੇਰਾ, ਬੋਲਾ ਕਿ ਆਪਕੋ ਕਾਲ ਕਰੇਂਗੇ, ਪਰ ਅਭੀ ਤੱਕ ਕੋਈ ਕਾਲ ਆਇਆ ਨਹੀਂ। ਬਾਤ ਕੋ 4-5 ਦਿਨ ਹੋ ਗਏ। ਸਰਕਾਰ ਨੇ ਹੁਣ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੇ ਲੱਗਦੇ ਜੁਰਮਾਨੇ ਕਈ ਗੁਣਾ ਵਧਾ ਦਿੱਤੇ ਨੇ। ਕੁਝ ਸੂਬਾ ਸਰਕਾਰਾਂ ਨੇ ਜੁਰਮਾਨਿਆਂ ਨੂੰ ਘਟਾਇਆ ਹੈ, ਪੰਜਾਬ ਵਿੱਚ ਅਜੇ ਇਹ ਐਕਟ ਲਾਗੂ ਨਹੀਂ ਹੋਇਆ ਹੈ। ਤਾਂ ਆਪ ਮੁਝੇ ਵੋ ਉਸਕੀ ਵਿਵਸਥਾ ਕਰ ਦੀਜੀਏ ਕਿ ਹਰ ਰੋਜ਼ 1000 ਰੁਪਏ ਕਾ ਮਹਿਮਾ ਦੇਂਗੇ ਤੋ ਮੈਂ ਭਰ ਨਹੀਂ ਪਾਊਂਗਾ, ਇਤਨੀ ਮੇਰੀ ਇਨਕਮ ਨਹੀਂ ਹੈ ਕਿ ਮੈਂ ਇਤਨਾ ਅਮਾਊਂਟ ਦੇ ਪਾਊਂਗਾ। ਤੋ ਮੇਰੀ ਗੁਜ਼ਾਰਿਸ਼ ਹੈ, ਰਿਕੁਐਸਟ ਹੈ ਕਿ ਆਪ ਵੀ ਕੁਛ ਮੇਰੇ ਲਈ ਨਯਾ ਨਿਯਮ ਕੇ ਕੁਛ ਅਧਿਕ ਕੀਜੀਏ। ਪਰ ਅਜੇ ਜ਼ਾਕਿਰ ਕੋਲ ਵਕਤ ਹੈ, ਕਿਉਂਕਿ ਅਨਿਯਮਿਤ PUC ਸੈਂਟਰਸ ਤੇ ਹੈਲਮੇਟਸ ਦੀ ਘਾਟ ਹੋਣ ਕਾਰਨ ਗੁਜਰਾਤ ਸਰਕਾਰ ਨੇ ਨਵੇਂ ਮੋਟਰ ਵਹੀਕਲਸ ਐਕਟ ਨੂੰ 15 ਅਕਤੂਬਰ ਤੱਕ ਮੁਲਤਵੀ ਕਰ ਦਿੱਤਾ ਹੈ।